तौफीक देवे सेहत देवे सुनदे रहन चंगे चंगे गल्लां सुनावां दे ते गल इह चीज़ दी वेखो ना जिहड़ा किसे ते नेकी करनी है भला करना है ये बड़ी चंगी गल हुंदी है ਵੇਖੋ ਜੇ ਇੱਕ ਬੰਦਾ ਕਿਸੇ ਗਰੀਬ ਨੂੰ ਰੋਟੀ ਖਵਾ ਦਿੰਦਾ ਨਾ ਉਹ ਵੀ ਉਹਦੀ ਨੇਕੀ ਹੈ ਜਿਹੜਾ ਕਿਸੇ ਨੂੰ ਪਾਣੀ ਪਿਆ ਦਿੰਦਾ ਉਹ ਵੀ ਉਹਦੀ ਨੇਕੀ ਹੈ ਬੇਸ਼ੱਕ ਜੀ ਜਿਹੜਾ ਹਮਸਾਏ ਦਾ ਹਕੂਕ ਹੈ ਉਹ ਵੀ ਬੜਾ ਹੁੰਦਾ ਹੈ ਹਾਂਜੀ ਬੜਾ ਵੱਡਾ ਇਹ ਜਿਹਨੂੰ ਪਤਾ ਹੈ ਨਾ ਵੀ ਹਮਸਾਏ ਦਾ ਹਕੂਕ ਆ ਹੁੰਦਾ ਹੈ ਹਮਸਾਏ ਦਾ ਇੰਨਾ ਕੋ ਕਦਰ ਹੈ ਹਾਂਜੀ ਤੇ ਉਹ ਬੰਦਾ ਫਿਰ ਉਹਦੀ ਕਦਰ ਤੇ ਇੱਜ਼ਤ ਕਰਦਾ ਹੈ ਕਰਦਾ ਹੈ ਤੇ ਜਿਹਨਾਂ ਨੂੰ ਪਤਾ ਹੀ ਨਹੀਂ ਹੈਗਾ ਦੇਖੋ ਨਾ ਐਵੇਂ ਗੁਆਂਢੀਆਂ ਕਿਲ ਜੇ ਠੋਕਿਆ ਤੇ ਨਾਲ ਦੇ ਭੱਜ ਵਗਦੇ ਸਾਡੀ ਨਿੰਦਰ ਵੀ ਖਰਾਬ ਹੁੰਦੀ ਤੇ ਆਦਾਂ ਨੂੰ ਖੜਕ ਮੈਂ ਕਰਦੇ ਤੁਸੀਂ ਹਾਂ ਖੜਕ ਕਰਦੇ ਖੜਕ ਕਰਦੇ ਜੀ ਇਹ ਨਹੀਂ ਹਮਸਾਇਆਂ ਦਾ ਖਿਆਲ ਰੱਖਣਾ ਚਾਹੀਦਾ ਉਹ ਤੁਹਾਨੂੰ ਮੈਂ ਅੱਜ ਇੱਕ ਗੱਲ ਸੁਣਾਣਾ ਗੱਲ ਬੜੀ ਪਿਆਰੀ ਹੈ ਤੇ ਸਮਝਣ ਵਾਲੀ ਹੈ ਤੇ ਦੋਸਤਾਂ ਨੂੰ ਦਰਖਾਸਤ ਦੇ ਕੇ ਸਾਰੀ ਸੁਣਿਆ ਜੀ ਛੋਟੀ ਜੀ ਗੱਲ ਹੈ ਹਾਂਜੀ ਹਾਂਜੀ ਗੱਲ ਹੈ ਜੀ ਵੀ ਇੱਕ ਬੰਦਾ ਸੀ ਤੇ ਉਹਨੇ ਹੱਜ ਦਾ ਇਰਾਦਾ ਕੀਤਾ ਵੀ ਮੈਂ ਹੱਜ ਕਰਨੀ ਹੈ ਅੱਛਾ ਹੱਜ ਦੇ ਵਾਸਤੇ ਉਹਨੇ ਪੈਸੇ ਇਕੱਠੇ ਕੀਤੇ ਸਨ ਅੱਛਾ ਜਿਹੜੇ ਉਹਦੇ ਨਾਲ ਦੇ ਸਾਥੀ ਸਨ ਜਿਹੜੇ ਪਿੰਡ ਦੇ ਵਿੱਚ ਹੋਰ ਬੰਦੇ ਉਹ ਵੀ ਤਿਆਰ ਸਨ ਹੱਜ ਨੂੰ ਜਾਣ ਨੂੰ ਉਹਨਾਂ ਸਾਰੇ ਬੰਦੇ ਨੇ ਹੱਜ ਨੂੰ ਜਾਣਾ ਸੀ ਅੱਛਾ ਤੇ ਤਿਆਰੀ ਉਹਨਾਂ ਦੀ ਫੁੱਲ ਸੀ ਤੇ ਅਜੇ ਮਤਲਬ ਕੋਈ ਮਹੀਨੇ ਦੋ ਰਹਿੰਦੇ ਸਨ ਜਾਣ ਤੇ ਅੱਛਾ ਤੇ ਉਹਨੇ ਕੀ ਕੰਮ ਕੀਤਾ ਇੱਕ ਦਿਨ ਨਾ ਉਹਦਾ ਵਿਆਹ ਕਰ ਪਿਆ ਗੋਸ਼ਤ ਖਾਣ ਪਏ ਤੇ ਉਹਨੂੰ ਗੁਆਂਢੀਆਂ ਨੂੰ ਮਸਾਇਆ ਨੂੰ ਖੁਸ਼ਬੋ ਆ ਗਈ ਗੋਸ਼ਤ ਦੀ ਜਿਨ ਉਹ ਹਾਜੀ ਨੂੰ ਜਿਹਨੇ ਹੱਜ ਵਾਸਤੇ ਪੈਸੇ ਜੋੜੇ ਸਨ ਅੱਛਾ ਜਦ ਖੁਸ਼ਬੋ ਆਈ ਨਾ ਤੇ ਉਹਨੇ ਦੂਸਰਾ ਮਤਲਬ ਆਪਦੀ ਬੇਗਮ ਨੂੰ ਭੇਜਿਆ ਵੀ ਜਾ ਹਮਸਾਇਆ ਨੇ ਗੋਸ਼ਤ ਪਕਾਇਆ ਤੇ ਮੇਰਾ ਦਿਲ ਬੜਾ ਪਕੜਦਾ ਹੈ ਹਾਂ ਤੇ ਖਾਣ ਨੂੰ ਤੇ ਜਾ ਉਹਨਾਂ ਕੋਲ ਸਾਲਣ ਲਿਆ ਖਾਈਏ ਗੋਸ਼ਤ ਸਾਲਣ ਲਿਆ ਗੋਸ਼ਤ ਪਕਾਇਆ ਹੁਣ ਉਹਨੇ ਫਰਮਾ ਬਦਾਰ ਔਰਤ ਸੀ ਹਾਂ ਅੱਜ ਕੱਲ੍ਹ ਦੀ ਉਹਨੇ ਤਾਂ ਅਜੇ ਤੈਨੂੰ ਘਰ ਦਾ ਕੋਈ ਲੜਦਾ ਹੈ ਇਹ ਖਾਲਾ ਇਹ ਖਾਲਾ ਤੇ ਉਹ ਫਰਮਾ ਬਦਾਰ ਔਰਤ ਸੀ ਜਨਾਬ ਅਲੀ ਉਹਨੇ ਭਾਂਡਾ ਭਰ ਲਿਆ ਤੁਰ ਪਈ ਉਹ ਹਮਸਾਇਆ ਨੇ ਕਰ ਗਈ ਜਲ ਜਾ ਕੇ ਬੀਬੀ ਮੈਂ ਤਾਂ ਆਈ ਹਾਂ ਸਾਲਣ ਵਾਸਤੇ ਇਸ ਤਰ੍ਹਾਂ ਮੇਰੇ ਮਾਲਕ ਨੇ ਮੈਨੂੰ ਭੇਜਿਆ ਵੀ ਤੁਸੀਂ ਗੋਸ਼ਤ ਪਕਾਇਆ ਖੁਸ਼ਬੂ ਪਿਆ ਨਹੀਂ ਤੇ ਸਾਨੂੰ ਸਾਲਣ ਦਿਓ ਖਾਣਾ ਉਹ ਅੱਗੋਂ ਬੋਲੀ ਤੇ ਉਹਨਾਂ ਕਿਹਾ ਬੀਬੀ ਗੱਲ ਸੁਣੋ ਅਸੀਂ ਪਕਾਇਆ ਗੋਸ਼ਤ ਜ਼ਰੂਰ ਹੈ ਲੇਕਿਨ ਇਹ ਗੋਸ਼ਤ ਜਿਹੜਾ ਅਸੀਂ ਪਕਾਈ ਬੈਠਿਆ ਇਹ ਸਾਡੇ ਵਾਸਤੇ ਹਲਾਲ ਹੈ ਤੁਹਾਡੇ ਵਾਸਤੇ ਹਰਾਮ ਹੈ ਉਹਨੇ ਆਖਿਆ ਬਈ ਭੈਣਾ ਇਹ ਗੱਲ ਕਿਹੜੀ ਹੈ ਉਹਨੇ ਆਖਿਆ ਇਹ ਜਾ ਕੇ ਆਪਦੇ ਮਾਲਕ ਨੂੰ ਪੁੱਛੀ ਮਾਲਕ ਨੂੰ ਪੁੱਛੀ ਅੱਛਾ ਉਹ ਜੀ ਹਟ ਕੇ ਵਾਪਸ ਆ ਗਈ ਜਦੋਂ ਵਾਪਸ ਆਈ ਤਾਂ ਉਹਨੇ ਆਣ ਕੇ ਆਪਦੇ ਆ ਕੇ ਮਾਲਕ ਨਾਲ ਗੱਲ ਕੀਤੀ ਵੀ ਉਹ ਬੀਬੀ ਨੇ ਇਹ ਗੱਲ ਕੀਤੀ ਗੁਆਂਢ ਨੇ ਬਈ ਜਿਹੜਾ ਪਕਾਇਆ ਨਾ ਗੋਸ਼ਤ ਸਾਂ ਇਹ ਸਾਡੇ ਵਾਸਤੇ ਤਾਂ ਲਾਲ ਹੈ ਤੇ ਤੁਹਾਡੇ ਵਾਸਤੇ ਆਰਾਮ ਹੈ ਉਹ ਜਿਹੜਾ ਉਹ ਬੰਦਾ ਸੀ ਨਾ ਤੁਰ ਪਿਆ ਉਹਨੇ ਆਖਿਆ ਬਈ ਇਹ ਗੱਲ ਕਿਹਦੀ ਗਈ ਬਈ ਉਹਨਾਂ ਵਾਸਤੇ ਲਾਲ ਸਾਡੇ ਵਾਸਤੇ ਆਰਾਮ ਇਹ ਕੀ ਹੋ ਸਕਦਾ ਇਹ ਕੋਈ ਗੁਰਾਜ ਦੀ ਗੱਲ ਹੈ ਗੱਲ ਪੁੱਛਣੀ ਚਾਹੀਦੀ ਉਹ ਜਦ ਗਿਆ ਨਾ ਉਧਰ ਜਾ ਕੇ ਪੁੱਛਿਆ ਭੈਣਾ ਮੈਂ ਇਸ ਤਰ੍ਹਾਂ ਜਨਾਨੀ ਨੂੰ ਗੱਲਿਆ ਸੀ ਵੀ ਜਾ ਸਾਲਣ ਆਇਆ ਤੇ ਤੂੰ ਅਗਵਾਹ ਗੱਲ ਸੁਣਾਈ ਵੀ ਗੋਸ਼ਤ ਜਿਹੜਾ ਅਸੀਂ ਧਰਿਆ ਉਹ ਸਾਡੇ ਵਾਸਤੇ ਲਾਲ ਹੈ ਤੇ ਤੁਹਾਡੇ ਵਾਸਤੇ ਆਰਾਮ ਇਹ ਗੱਲ ਕੀ ਉਹਨੇ ਕਿਹਾ ਭਾਈ ਸਾਹਿਬ ਗੱਲ ਸੁਣੋ ਅਸੀਂ ਆ ਗਰੀਬ ਹਾਂ ਸਾਡੇ ਕੋਲ ਕੋਈ ਚੀਜ਼ ਨਹੀਂ ਖਾਣ ਨੂੰ ਬੱਚੇ ਭੁੱਖੇ ਸਨ ਤੇ ਸ਼ਾਇਦ ਕੋਈ ਨਹੀਂ ਖਾਣ ਨੂੰ ਤੇ ਬਾਹਰ ਗਏ ਤੇ ਇੱਕ ਮੁਰਦਾਰ ਪਿਆ ਕਿਸੇ ਦੇ ਡੰਗਰ ਮਰਿਆ ਆ ਤੇ ਉਹਦੇ ਨਾਲ ਇੱਕ ਫੜਕਾ ਲਾਹ ਲੈਂਦਾ ਤੇ ਉਹ ਲਿਆ ਕੇ ਤੁਸੀਂ ਤੇਰੀ ਬੇਟਾ ਸਾਡੇ ਵਾਸਤੇ ਤਾਂ ਲਾਹ ਲਿਆ ਤੇ ਕੋਲੋਂ ਵੀ ਸਾਡੇ ਕੋਲ ਤਾਂ ਸ਼ਾਹੀ ਕੋਣੀ ਹੈਗੀ ਸ਼ਾਹੀ ਕੋਣੀ ਹੈਗੀ ਤੇ ਤੁਸੀਂ ਮਾਲਦਾਰ ਜੇ ਸਰਮਾਇਆਦਾਰ ਜੇ ਸੌਖੇ ਆਦਮੀ ਜੇ ਤੁਹਾਨੂੰ ਵਾਸਤੇ ਆਰਾਮ ਹੈ ਤੁਹਾਡੇ ਵਾਸਤੇ ਨਹੀਂ ਜਾਏਗਾ ਉਹਨਾਂ ਕਹਾ ਚੇਵੇਂ ਗੱਲ ਲਿਖਿਆ ਉਹਨਾਂ ਕਹਾ ਬੀਬੀ ਇਹ ਗੋਸ਼ਤ ਖਾਣਾ ਨੇ ਇਹਨੂੰ ਹੁਣ ਚੁੱਕ ਰੋਟੀ ਸੁੱਟ ਦੇ ਲਵੇ ਉਹ ਜਨਾਨੀ ਆਖ ਵੀ ਹੁਣ ਰੋਟੀ ਤੇ ਮੈਂ ਵੈਲ ਨਾਲ ਪਕਾਇਆ ਉਹਨੇ ਕਹਾ ਰੋਟੀ ਸੁੱਟ ਦੇ ਨਹੀਂ ਖਾਣਾ ਉਹ ਬੰਦਾ ਘਰ ਲਗਾ ਗਿਆ ਤੇ ਜਿਹੜੇ ਪੈਸੇ ਉਹਨੇ ਜੋੜੇ ਸਨ ਅੱਜ ਵਾਸਤੇ ਉਹ ਸਾਰੇ ਦੇ ਸਾਰੇ ਅਮੜਾ ਮਾਣ ਚੁੱਕੇ ਤੇ ਲਿਆ ਕੇ ਮਸਾਇਆ ਹੁੰਦੇ ਵਾਹ ਜੀ ਵਾਹ ਦਿਲ ਦੇ ਵਿੱਚ ਗਵੇੜ ਇਹ ਰੱਖਿਆ ਬਈ ਇਹ ਹਮਸਾਇਆ ਇਹ ਵਿਚਾਰੇ ਰਾਮ ਪਤਾ ਦੇ ਨੇ ਨਾ ਖਾਣ ਹਾਂ ਤੇ ਆਪੇ ਅੱਲਾ ਦੇਵੇਗਾ ਤੇ ਅਗਲੇ ਸਾਲ ਜੇ ਜ਼ਿੰਦਗੀ ਰਹੀ ਅਗਲੇ ਸਾਲ ਕਰਨਾ ਫਿਰ ਕਰ ਲਾਂਗਾ ਜੀ ਲਵੀ ਅੱਲਾ ਤਾਲਾ ਜਿਲਾਂ ਦੇ ਪੇਜ ਜਾਣਦਾ ਹੈ ਹਾਂਜੀ ਹੁਣ ਜਿਹੜੇ ਅੱਜ ਦਾ ਟਾਈਮ ਆਇਆ ਤੇ ਉਹਦੇ ਨਾਲ ਦੇ ਸਾਥੀ ਗਿਆ ਨਾ ਜਿਹੜੇ ਅੱਜ ਕਰਨ ਤੇ ਅੱਜ ਕਰਕੇ ਜੇ ਲਿਆਏ ਤੇ ਆਣ ਕੇ ਤੇ ਉਹ ਸਾਜੀ ਨੂੰ ਮਿਲੇ ਉਹਨੂੰ ਵੀ ਆਣ ਕੇ ਮਿਲੇ ਉਸ ਬੰਦੇ ਨੂੰ ਜਿਹਨੇ ਪੈਸੇ ਮਸਾਇਆ ਨੂੰ ਦਿੱਤੇ ਸਨ ਉਹਨੂੰ ਆਣ ਕੇ ਮਿਲੇ ਗਿਲੇ ਤੇ ਉਹਨਾਂ ਕਹਾ ਸੁਣਾ ਬਈ ਅੱਜ ਕੀ ਹਾਲ ਚਾਲ ਨੇ ਐ ਕਰੀਏ ਤੇ ਉਹਨਾਂ ਕਹਾ ਯਾਰ ਮੈਂ ਅੱਜ ਹੀ ਨਹੀਂ ਕਿਉਂ ਅੱਜ ਕਿਉਂ ਨਹੀਂ ਤੂੰ ਉਹਨਾਂ ਕਹਾ ਗੱਲ ਚੀਜ਼ ਦੀ ਮੈਂ ਅੱਜ ਤੇ ਗਿਆ ਹੀ ਨਹੀਂ ਆ ਤੇ ਅੱਜ ਮੈਂ ਕੀਤਾ ਹੀ ਨਹੀਂ ਤੇ ਮੈਂ ਮਤਲਬ ਕਿਉਂ ਸੱਦੇ ਜੀ ਮੈਨੂੰ ਮੈਂ ਅੱਜ ਕਿਉਂ
ਉਹਨਾਂ ਆਖਿਆ ਅੱਲਾ ਦੇ ਬੰਦੇ ਹਾਜੀ ਸਾਹਿਬ ਸਾਡੇ ਨਾਲ ਤੂੰ ਤਵਾਫ ਕੀਤੇ ਸਾਡੇ ਨਾਲ ਤੂੰ ਨਫਲ ਪੜਦਾ ਪਿਆ ਸਾਡੇ ਨਾਲ ਤੂੰ ਸਾਰੇ ਜਿੰਨੇ ਹਜ ਦੇ ਰੁਕਾਨ ਨੇ ਸਾਰੇ ਪੂਰੇ ਕੀਤੇ ਨੇ ਸਾਡੇ ਨਾਲ ਇੱਥੋਂ ਨਾ ਕੇ ਸਾਡੇ ਕੋਲ ਮੁਕਰਿਆ ਰਹਿ ਸਾਡੇ ਸਾਹਮਣੇ ਕੋਲ ਤਾਂ ਸਾਡੇ ਤੁਰਿਆ ਹੈ ਤੇ ਹੁਣ ਤੂੰ ਬਦਲਦਾ ਪਿਆ ਹੋ ਸਕਦਾ ਉਸ ਵੇਲੇ ਉਹ ਜਿਹੜਾ ਬੰਦਾ ਸੀ ਨਾ ਉਹ ਸਜਦੇ ਪੈ ਗਿਆ ਸਜਦੇ ਪੈ ਗਿਆ ਦੁਆ ਕੀਤੀ ਅੱਲਾ ਕਿ ਯਾਰ ਬਾਰੀ ਤਾਲਾ ਮੈਂ ਤਾਂ ਗਿਆ ਨਹੀਂ ਇਹ ਬੰਦੇ ਇਹ ਗੱਲ ਕਰਦੇ ਪੈਣੇ ਜੇ ਇਹ ਕੀ ਪਸਮੰਦਰ ਹੈ ਅੱਲਾ ਤਾਲਾ ਵੱਲੋਂ ਜਨਾਬ ਵਾਲੀ ਆਵਾਜ਼ ਆਈ ਉਹਨਾਂ ਕਿਹਾ ਬੰਦਿਆ ਜਿਸ ਟਾਈਮ ਦੇ ਤੂੰ ਉਹ ਪੈਸੇ ਮਸਾਇਣ ਦਿੱਤੇ ਸਨ ਅੱਜ ਵਾਲੇ ਤੇਰੀ ਅੱਜ ਉਸ ਟਾਈਮ ਦੀ ਕਬੂਲ ਹੋ ਗਈ ਹੈ ਕਬੂਲ ਹੋ ਗਈ ਹੈ ਇਸ ਸਾਲ ਦੇ ਵਿੱਚ ਇੱਕ ਤੇਰੀ ਅੱਜ ਕਬੂਲ ਹੋਈ ਹੈ ਕਿਸੇ ਹੋਰ ਬੰਦੇ ਦੀ ਅੱਜ ਕਬੂਲ ਨਹੀਂ ਹੋਈ ਵਾਹ ਜੀ ਵਾਹ ਤੇਰੀ ਅੱਜ ਕਬੂਲ ਹੋਈ ਹੈ ਉਹ ਲੈ ਨੇ ਅੱਲਾ ਦਾ ਸ਼ੁਕਰ ਅਦਾ ਕੀਤਾ ਤੇ ਵੀ ਉਹਨੇ ਮਤਲਬ ਸਖਾਵਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਵੇਖੋ ਨਾ ਅੱਲਾ ਤਾਲਾ ਕਾਦਰ ਗਫੂਰ ਰਹੀਮ ਹੈ ਬੇਸ਼ੱਕ ਜੀ ਤੇ ਉਹ ਦਿਲਾਂ ਦੇ ਭੇਦ ਜਾਣਦਾ ਤੇ ਜਿਹੜਾ ਬੰਦਾ ਇੰਨੀਆਂ ਕਰਦਾ ਨਾ ਸਖਾਵਤਾਂ ਅੱਲਾ ਤਾਲਾ ਉਹਨੂੰ ਫਿਰ ਘਰ ਬੈਠਾ ਦਿੰਦਾ ਤੇ ਹੱਜਾਂ ਦੇ ਸੁਭਾਅ ਨੂੰ ਘਰ ਬੈਠਣ ਮਿਲਦੇ ਘਰ ਬੈਠਣ ਘਰ ਬੈਠਿਆ ਕਬੂਲ ਹੁੰਦਾ ਜਿਹੜਾ ਮਾਪਿਆਂ ਨਾਲ ਖਿਦਮਤ ਹਾਂਜੀ ਘਰ ਬੈਠਿਆ ਅੱਜ ਕਬੂਲ ਹੋਵੇ ਜਿਹੜਾ ਮਾਪਿਆਂ ਦਾ ਖਿਦਮਤਗਾਰ ਹੋਵੇ ਪਰ ਜਿਹੜੇ ਕਿਹਦੇ ਖਿਦਮਤਾਂ ਕਰਦੇ ਨੇ ਨਾ ਉਹਨਾਂ ਦੀ ਅੱਲਾ ਤਾਲਾ ਹੱਜ ਘਰੇ ਕਬੂਲ ਕਰ ਲੈਂਦਾ ਹਾਂਜੀ ਤੇ ਠੀਕ ਹੈ ਫਿਰ ਇਹਦਾ ਪ੍ਰੋਗਰਾਮ ਵਾਸਤੇ ਜਾਂਚ ਲੈ ਲਈਏ ਹਾਂਜੀ ਜਾਂਚ ਲੈ ਲਈਏ ਅਸਲਾਮ ਵਾਲੇਕੁਮ ਰਹਿਮਤੁੱਲਾ ਪਾਕਿਸਤਾਨ ਜ਼ਿੰਦਾਬਾਦ।